ਹਨ, ਅਸੀਂ ਦੁਨੀਆਂ ਨੂੰ ਵਿਖਾਉਣਾ ਚਾਹੁੰਦੇ ਹਾਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਵਾ ਉਹ ਸਾਡੇ ਸਵਾਲਾਂ ਤੋਂ ਭੱਜ ਰਿਹਾ ਹੈਗਾ ਵਾ, ਔਰ ਉਹ ਸੱਚ ਆ। ਔਰ ਅਸੀਂ ADGP ਸਾਹਿਬ ਨੂੰ ਕਿਹਾ ਵੀ ਕੋਈ ਰਾਹ ਹੈਗਾ ਪ੍ਰਧਾਨ ਮੰਤਰੀ ਕੋਈ ਸਵਾਲ ਜਵਾਬ ਹੋ ਜਾਣ, ਉਹ ਕਹਿੰਦੇ ਕਿ ਅਸੀਂ ਗੁਜ਼ਾਰਿਸ਼ ਨਹੀਂ ਹੈ। ਅਸੀਂ ਦੂਜਾ ਸਵਾਲ ਕੀਤਾ ਵਾ ਕਿ ਉਹਨਾਂ ਦੇ ਬਿਹੇਵ ਤੇ ਕੋਈ ਕੇਂਦਰੀ ਮੰਤਰੀ ਜਾਂ ਕੋਈ ਉਹਨਾਂ ਦੇ ਦਫ਼ਤਰ ਦਾ IAS ਅਫਸਰ OSD ਕੋਈ ਵੀ ਹੁੰਦੇ, ਵਧੇਰੇ ਅਫਸਰ ਹੁੰਦੇ ਆ, ਉਹਨੂੰ ਸੱਦ ਲਓ, ਉਹਦੇ ਨਾਲ ਸਾਡੇ ਸਵਾਲ ਜਵਾਬ ਕਰਾ ਲਿਓ। ਇਹ ਵੀ ਉਹਨਾਂ ਨਾਲ ਗੱਲ ਹੋਈ ਆ, ਇਹ ਉਹਨਾਂ ਨੇ ਸਾਡੇ ਸਾਹਮਣੇ ਉੱਪਰ ਫੋਨ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਵੀ ਸਾਨੂੰ ਸਮਾਂ ਦੇ ਦਿਓ, ਉੱਤੇ ਗੱਲ ਚੱਲ ਰਹੀ ਆ, ਅਸੀਂ ਚਾਹਾਂਗੇ ਵੀ ਮੋਦੀ ਸਰਕਾਰ ਦੇ ਬਿਹੇਵ ਤੇ ਜਾਂ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਦਾ ਬੰਦਾ ਕੋਈ ਆ ਕੇ ਇੱਥੇ ਆ ਕੇ ਸਾਡੇ ਨਾਲ ਸਾਡੇ ਸਵਾਲਾਂ ਦੇ ਮੀਡੀਆ ਦੇ ਸਾਹਮਣੇ, ਠੀਕ ਹੈ ਜੀ, ਅਸੀਂ ਸਵਾਲ ਕਰਾਂਗੇ, ਜਵਾਬ ਉਹ ਜਿਹੜਾ ਮਰਜ਼ੀ ਦੇ ਦੇਣ, ਦੇਸ਼ ਕੋ ਜਾਣੇ ਆ, ਦੇਸ਼ ਦੇਖੂਗਾ ਕੀ ਸੱਚ ਆ। ਤੋ ਇਹ ਗੱਲਬਾਤ ਉੱਤੇ ADGP ਪਰਮਾਰ ਸਾਹਿਬ ਕਰ ਰਹੇ ਆ, ਇਸ ਕਰਕੇ ਅਸੀਂ ਕਿਹਾ ਵੀ ਆ ਨਾਕਾ ਹੁੰਦਾ ਪਿੱਛੇ ਕਰੋ, ਮੈਂ ਸਾਨੂੰ ਸਾਹਮਣੇ ਬਹਿ ਲੈਣ ਲਓ, ਠੀਕ ਹੈ, ਧੁੱਪੇ ਖੜੇ ਆ ਗਏ, ਅਸੀਂ ਇੱਥੇ ਆਪਦੀ ਕਾਰਵਾਈ ਚਲਾਉਂਦੇ ਹਾਂ, ਤੁਸੀਂ ਉੱਤੇ ਗੱਲ ਕਰ ਲਓ। ਆਹ ਗੱਲਬਾਤ ਹੋਈ ਆ ਭਰਾਓ, ਉਹ ਗੱਲ ਕਰ ਰਹੇ ਆ, ਆਹ ਤੁਹਾਨੂੰ ਜਾਣਕਾਰੀ ਆਪਾਂ ਮਹੱਈਆ ਕਰਾਉਣੀ ਸੀ, ਇਸ ਕਰਕੇ ਫਿਰ ਅਸੀਂ ਚੱਲ ਰਹੇ ਹਾਂ, ਆਗੂ ਸਾਹਿਬਾਨ ਬੋਲ ਰਹੇ ਆ, ਵਿਚਾਰ ਸੁਣ ਰਹੇ ਹਾਂ, ਆਹ ਮੀਡੀਆ ਵਾ, ਇਹਦੇ ਰਾਹੀਂ ਪੂਰੀ ਦੁਨੀਆ ਦੇ ਵਿੱਚ ਸਾਡੀ ਗੱਲ ਜਾ ਰਹੀ ਹੈਗੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਹੇਵ ਠੀਕ ਆ ਜਾਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਬਿਹੇਵ ਠੀਕ ਹੈ। ਸਾਡੀ ਪੰਜਾਬੀਆਂ ਦੀ ਪਰਸੈਪਸ਼ਨ ਇਹਨਾਂ ਨੇ ਇਹ ਬਣਾਈ ਆ ਦੇਸ਼ ਵਾਸੀਆਂ ਦੀ, ਇਹਦੀ ਨਾਕੇ ਭੰਨ ਦਿੰਦੇ ਆ, ਪਿਛਲੀ ਵਾਰੀ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦਾ ਲੈਂਪ ਕਰ ਦਿੱਤਾ, ਐ ਕਰਤਾ ਜੈ ਕਰਤਾ, ਐਰਕੇ ਆਪਾਂ ਬਈ ਆਖਿਆ ਵੀ ਨਹੀਂ ਕੁਛ ਵੀ ਕਰਦੇ, ਤੁਸੀਂ ਦੇਖ ਲੈਂਦੇ ਤੁਸੀਂ ਕਿੰਨੇ ਕੁ ਬੀਬੇ ਜੇ ਜਾਂ ਅਸੀਂ ਕਿੰਨੇ ਕੁ ਲੁੱਚੇ ਆ। ਸੋ ਇਹਨਾਂ ਦਾ ਬੀਬਾ ਪਾਨ ਤੇ ਹੁਣ ਸਾਨੂੰ ਦਿਖ ਪਿਆ, ਸਾਰਾ ਪਟਿਆਲਾ ਜਾਮ ਹੋਇਆ ਪਿਆ ਵਾ। ਅੱਜ ਅਸੀਂ ਦੇਸ਼ ਦੇ ਲੋਕਾਂ ਨੂੰ ਕਹਾਂਗੇ ਵੀ ਕਿਸਾਨਾਂ ਮਜ਼ਦੂਰਾਂ ਕਰਕੇ ਨਹੀਂ ਕੋਈ ਤਕਲੀਫ ਆਈ, ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਆ ਰਿਹਾ ਤਾਂ ਆਮ ਜਨਤਾ ਨੂੰ ਇੰਨੀ ਤਕਲੀਫ ਆ ਰਹੀ ਹੈ, ਇਹਦੇ ਲਈ ਦੇਸ਼ ਦਾ ਪ੍ਰਧਾਨ ਮੰਤਰੀ ਜ਼ਿੰਮੇਵਾਰ ਹੈ, ਅਸੀਂ ਜ਼ਿੰਮੇਵਾਰ ਨਹੀਂ ਹੋਗੇ। ਅੱਜ ਰਸਤਾ ਅਸੀਂ ਨਹੀਂ ਬੰਦ ਕੀਤਾ, ਦੇਸ਼ ਦੇ ਪ੍ਰਧਾਨ ਮੰਤਰੀ ਆਉਣ ਕਰਕੇ ਰਸਤਾ ਬੰਦ ਹੋਇਆ ਹੈਗਾ ਵਾ। ਇਹੀ ਆਪਾਂ ਦੁਨੀਆ ਤੱਕ ਮੈਸੇਜ ਕਨਵੇ ਕਰਨਾ ਸੀ, ਤਾਂ ਮੈਂ ਤੁਹਾਡੇ ਸਾਹਮਣੇ ਗੱਲ ਰੱਖੀ ਆ, ਉੱਚੇ ਅਧਿਕਾਰੀ ਗੱਲ ਕਰ ਰਹੇ ਨੇ ਕੀ ਕਰਕੇ ਦੱਸਦੇ ਆ ਕੀ ਨਹੀਂ ਕਰਦੇ, ਉਹਨਾਂ ਚਿਰ ਆਪਾਂ ਇੱਥੇ ਆਪਣੀ ਰੈਲੀ ਚਲਾਉਂਦੇ ਹੈਗੇ ਆ। ਹਾਂ ਪਾਸੇ ਅੱਗੇ ਗੱਲ ਕਰ ਲੈਂਦੇ ਆਪਾਂ, ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬਹੁਤ ਬਹੁਤ ਧੰਨਵਾਦ ਸੁਨੇਹ ਸਾਹਿਬ ਜੀ ਦਾ, ਤੇ ਹੁਣ PT ਜੋਨ ਜੀ ਜੋ ਕੇਰਲਾ 'ਚ ਹੈ ਉਹ ਆਪਕੇ ਨਾਲ ਵਿਚਾਰ ਸਾਂਝੇ ਕਰੇਗੇ, ਕਹਾਂ ਪਾ ਰਹੇ ਜੀ PT ਜੋਨ ਜੀ, ਆ ਜਾਈਏ।